ਹੈਗਾ ਹੁਣ ਆਪਣੀ ਸਿੰਪਲ ਵਾਲੀ ਇਹਨੂੰ ਆਪਾਂ ਸਿੰਪਲ ਵਾਲੀ ਨੂੰ ਹੁਣ ਟੇਸਟ ਕਰਕੇ ਦੇਖਦੇ ਹਾਂ ਕਿੱਦਾਂ ਦਾ ਵਾ ਨਹੀਂ ਤਾਂ ਨਾ ਗ੍ਰਿਲ ਵਾਲੀ ਜਿੱਦਾਂ ਟਾਈਪ ਹੁੰਦੀ ਹੈ ਨਾ ਇੱਦਾਂ ਥੋੜਾ ਪੈਨ ਚ ਕਰਕੇ ਦੇਖ ਲਾਂਗੇ ਇਹ ਵੀ ਮੈਂ ਫਸਟ ਟਾਈਮ ਕੀਤਾ ਆ ਟੇਸਟ ਬਹੁਤ ਅੱਛਾ ਲੇਕਿਨ ਇੱਕ ਚੀਜ਼ ਦੀ ਗੜਬੜ ਹੋ ਗਈ ਨਮਕ ਘੱਟ ਰਹਿ ਗਿਆ ਸੀ ਨਮਕ ਐਕਸਟਰਾ ਚ ਨਹੀਂ ਪਾਇਆ ਬਟ ਇਹਦੇ ਵਿੱਚ ਜਿਹੜਾ ਹੈਗਾ ਉਹ ਤਾਂ ਲੱਗ ਰਿਹਾ ਲੇਕਿਨ ਟੇਸਟੀ ਆ ਪਹਿਲਾਂ ਵਾਲਾ ਤਾਂ ਟੇਸਟ ਇੱਕਦਮ ਸੇਮ ਸੀਗਾ ਜਿੱਦਾਂ ਨੀ ਸਿੰਪਲ ਸੈਂਡਵਿਚ ਹੁੰਦਾ ਆ ਵਾਈਟ ਵਾਲਾ ਹਨਾ ਵਾਈਟ ਕਰੀਮ ਪਾ ਕੇ ਉਹ ਵਾਲਾ ਟੇਸਟ ਇੱਕਦਮ ਸੇਮ ਸੀਗਾ ਹੁਣ ਕਰਨਾ ਦੂਸਰਾ ਤਿਆਰ ਠੀਕ ਹੈ ਹੁਣ ਦੂਸਰਾ ਵੇਟ ਕਰਨਾ ਆ ਅਤੇ ਉਹ ਦੇਖਦੇ ਹਾਂ ਕਿੱਦਾਂ ਦਾ ਬਣਦਾ ਫਿਰ ਤੀਸਰਾ ਥੋੜ੍ਹਾ ਆਪਣਾ ਹੀ ਸਟਾਈਲ ਦਾ ਕ੍ਰੀਏਟ ਕਰਨਾ ਆ ਅਤੇ ਕਰਨਾ ਸਪਾਈਸੀ ਦੂਸਰੇ ਮਟੀਰੀਅਲ ਵਿੱਚ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਐਡ ਇਹ ਥੋੜਾ ਹੈਗਾ ਥੋੜਾ ਨਮਕ ਲੱਗ ਰਿਹਾ ਮਿੱਠਾ ਮਿੱਠਾ ਘੱਟ ਲੱਗ ਰਿਹਾ ਤੇ ਕਾਲੀ ਮਿਰਚ ਪਾਉਣ ਨਾਲ ਥੋੜਾ ਫਲੇਵਰ ਜਿਹਾ ਆਇਆ ਬਹੁਤ ਵਧੀਆ ਲੱਗ ਰਿਹਾ ਜਿਹਨਾਂ ਘਰ ਵੀ ਬੱਚੇ ਹੈਗੇ ਆ ਗਲੇ ਲੱਗ ਗਿਆ ਜਿਹਨਾਂ ਘਰ ਵੀ ਬੱਚੇ ਹੈਗੇ ਅਗਰ ਬਣਾਉਣਾ ਹੋਵੇ ਆਹ ਬਹੁਤ ਵਧੀਆ ਚੀਜ਼ ਹੈਗੀ ਆ ਵੈਸੇ ਤੁਸੀਂ ਬਰਾਊਨ ਬ੍ਰੈਡ ਯੂਜ਼ ਕਰ ਸਕਦੇ ਆ ਬਰਾਊਨ ਬ੍ਰੈਡ ਇਹਦੇ ਨਾਲ ਉਹ ਜ਼ਿਆਦਾ ਹੈਲਦੀ ਹੁੰਦੀ ਪਰ ਆਪਣੇ ਕੋਲ ਹੁਣ ਇਹ ਵਾਲੀ ਸੀਗੀ ਇਸ ਲਈ ਅਸੀਂ ਇਹ ਯੂਜ਼ ਕਰਦੇ ਨਹੀਂ ਖਾਇਆ ਤੀਸਰਾ ਥੋੜਾ ਨਾ ਥੋੜਾ ਲੰਬਾ ਜਾਏਗਾ ਤੇ ਕਿਉਂਕਿ ਬਣਾਉਣ ਵਿੱਚ ਵੀ ਟਾਈਮ ਲੱਗਣਾ ਨਾ ਉਹਨੂੰ ਇਸ ਲਈ ਹੁਣ ਅਸੀਂ ਮੋਮੋਜ਼ ਵਾਲਾ ਕਰਨ ਲੱਗੇ ਹਾਂ ਟਰਾਈ ਮੋਮੋਜ਼ ਵਾਲੀ ਲਈ ਹੈ ਹੁਣ ਮੈਂ ਚਟਨੀ ਥੋੜ੍ਹਾ ਸਪਾਈਸੀ ਜ਼ਿਆਦਾ ਕਰਨ ਵਾਸਤੇ ਇਹਨੂੰ ਨਾ ਅਸੀਂ ਥੋੜ੍ਹਾ ਪੈਨ 'ਚ ਯਾਨੀ ਕਿ ਗ੍ਰਿਲ ਟਾਈਪ ਜਿਹਾ ਕਰ ਲਵਾਂਗੇ ਅਤੇ ਕਾਹ ਕਰ ਲਾਂਗੇ ਇੱਕ ਦੂਸਰਾ ਜਿਹੜਾ ਹੁਣੇ ਬਣਾਇਆ ਸੀ ਆਪਾਂ ਸੈਕਿੰਡ ਵਾਲਾ ਉਹ ਵਾਲਾ ਵੀ ਆਪਾਂ ਪੈਨ 'ਚ ਕਰਾਂਗੇ ਤਾਂ ਕਿ ਅਗਰ ਆਹ ਵਾਲਾ ਬੱਚੇ ਨਹੀਂ ਖਾ ਪਾਏ ਤਾਂ ਉਹ ਵਾਲਾ ਖਾ ਲੂੰਗੇ ਇਹ 'ਚ ਮੈਂ ਮੰਗਵਾਈ ਸੀ ਅਤੇ ਮੈਂ ਰੱਖੀ ਹੈ ਸੌਸ ਮੈਨੂੰ ਪਸੰਦ ਇਹ ਬਹੁਤ ਜ਼ਿਆਦਾ ਕਰਾਰੀ ਹੋ ਜਾਣੀ ਹੈ ਮੈਨੂੰ ਲੱਗਦਾ ਨਹੀਂ ਤੁਹਾਡੇ ਤੋਂ ਖਾਈ ਜਾਣੀ ਕਈ ਵਾਰ ਨਾ ਲੈ ਲਈ ਨਹੀਂ ਉਹ ਤਾਂ ਪਾਵਾਂਗੇ ਹੀ ਕਰੀਮ ਨਾ ਲੈ ਲਈ ਪਸੰਦ ਆਹਾ ਆਪਾਂ ਹੁਣ ਦੋਨੋਂ ਉੱਪਰ ਇੱਕ ਇੱਕ ਲੇਅਰਾਂ ਕਰ ਦਵਾਂਗੇ ਠੀਕ ਹੈ ਇੱਕ ਇਹਦੀ ਤੇ ਇੱਕ ਇਹਦੀ ਦੋਨਾਂ ਦੇ ਫਲੇਵਰ ਆ ਜੂਗੇ ਨਾ ਥੋੜਾ ਸਪਾਈਸੀ ਉਹ ਜ਼ਿਆਦਾ ਹੋ ਜਾਏਗਾ ਚਲੋ ਮੈਨੂੰ ਤਾਂ ਸਾਰੇ ਤੋਂ ਖਾਣ ਇਹਦੇ ਵਿੱਚ ਤਾਂ ਨਹੀਂ ਨਮਕ ਪਾਉਣ ਦੀ ਲੋੜ ਕਿ ਪਾਣੀਏ ਥੋੜਾ ਜਿਹਾ ਹਲਕਾ ਜਿਹਾ ਐਡ ਕਰ ਦਿੰਦੇ ਕਾਲੀ ਮਿਰਚ ਤੇ ਬਾਕੀ ਆਪਣੇ ਕ ਮਿਰਚ ਨਹੀਂ ਪਾਣੀ ਮਿਰਚ ਤਾਂ ਪਹਿਲਾਂ ਹੀ ਇੱਥੇ ਆ ਚਲੋ ਦੇਖ ਲੈਣੇ ਕੋਈ ਨਹੀਂ ਮੈਨੂੰ ਲੱਗਦਾ ਸਾਰੇ ਤੋਂ ਹੋ ਜਾਊਗਾ ਖਾ ਵੈਸੇ ਲਗਾਈ ਤਾਂ ਥੋੜੀ ਆ ਦੇਖ ਲੈਣੇ ਆ ਦੇਖਦੇ ਆ ਮਮਾ ਉਧਰਲੀ ਸਾਈਡ ਮੈਂ ਪਾਉਂਗੀ ਉਧਰਲੀ ਸਾਈਡ ਮੈਂ ਉਧਰ ਪਾਣਾ ਹੀ ਨਹੀਂ ਸੀ ਮੈਂ ਤਾਂ ਗਲਤੀ ਨਾਲ ਪੈ ਗਿਆ ਇੱਕ ਪਾਸੇ ਪਾਣਾ ਅੱਛਾ ਚਲ ਯੈਸ ਰੈਡੀ ਕੰਮਣਾ ਤਿਆਰ ਹੈ ਹੁਣ ਮੈਂ ਇੱਕ ਉਹ ਵਾਲਾ ਤਿਆਰ ਕਰਨਾ ਜਿਹੜਾ ਆਪਾਂ ਹੁਣੇ ਖਾ ਕੇ ਹਟੇ ਸੀਗੇ ਹਨਾ ਸੈਕਿੰਡ ਵਾਲਾ ਉਹ ਮੈਂ ਰੈਡੀ ਕਰ ਲਾਂ ਤੇ ਫਿਰ ਆਪਾਂ ਮਿਲਦੇ ਹਾਂ